यह बेचारा पिछले दो साल तो इस कुएं दे विच कैद सी, दो साल तो यह इस कुएं विच कैद सी, अज इन बाजियाब करा लिया कि इस बंदे ने कढ़िया, इहदी मेहरबानी, इहनू दुआवां दे रहा होवे तां इहदी बड़ी वड्डी नेकी। क्यों बरी साहब की महसूस कर रहे हो इहनू कढ के? जी बहुत अच्छा महसूस कर रहे हैं, अल्लाह दी मखलूक है जी जी। ਇਹ ਹੁਣ ਤੁਹਾਨੂੰ ਦੇਦਾ ਦਵਾਵਾਂ, ਹੁਣ ਤੁਹਾਨੂੰ ਵਿਖਾਨੇ ਆ ਵਾ ਇਹ ਆਪਣਾ ਜਿਹੜਾ ਹੈ ਜਿਹੜਾ ਆਜ਼ਾਦ ਹੋਵੇ ਦਾ ਤੇ ਕੀ ਕਰਦਾ ਹੈ। ਲਓ ਜੀ ਸਾਰੇ ਵੇਖੋ, ਨਹੀਂ ਇਹ ਉਹਨੂੰ ਖੋਈ ਸਮਝਿਆ ਬਾਲਟੀ ਨੂੰ, ਸਾਊਸ ਥੋੜਾ ਜਿਹਾ ਜਾਏ। ਅੱਛਾ ਬਸ, ਕਿੱਡਾ ਖੁਸ਼ ਹੋਣਾ, ਕਿੱਡਾ ਖੁਸ਼ ਹੋਣਾ। ਟੋਟੋ ਥੋੜਾ ਜਿਹਾ ਮਗਰੇ ਮੁੰਜੀ ਚ ਵਾੜ ਦਿਓ ਇਹਨੂੰ, ਤਾਂ ਕਿ ਇਹ ਵੀ ਆਜ਼ਾਦੀ ਮਨਾਏ, ਇੱਥੇ ਕਿ ਰਹੀਏ। ਹੋ ਗਿਆ। ਅੱਛਾ ਇੱਕ ਹੋਰ ਇਹਦਾ ਭਰਾ ਵਿੱਚ, ਇੱਕ ਭਰਾ ਦਾ ਵਿੱਚ ਹੀ ਹੈ ਮੇਰਾ, ਇੱਕ ਹੋਰ ਭਰਾ ਵਿੱਚ ਉਹ ਡੁੱਬਿਆ। ਇਸ ਟਾਈਮ ਕਿੰਨਾ ਸਾਹਮਣੇ ਹੀ ਹੈ, ਇਸ ਟਾਈਮ ਉਹ ਥੱਲੇ ਆ ਟੁੱਟ ਚਲਾ ਗਿਆ। ਇਹ 28 ਫੁੱਟ ਡੂੰਘਾ ਕੂਆਂ ਜੀ, ਉਹਦੇ ਵਿੱਚ ਕੈਦ ਹੋਇਆ ਸੀ।